ਮੇਰੇ ਵੱਲ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ, ਔਰ ਅੱਜ ਦੀ ਗੱਲ ਜਿਹੜੀ ਹੈ ਉਹ ਅਸੀਂ ਗੁਜ਼ਸ਼ਤਾ ਦੇ ਨਾਲ ਵਿਵਸਥਾ ਕਰ ਰਹੇ ਹਾਂ। ਪਿਛਲੀ ਗੱਲ ਅਸੀਂ ਜਿਹੜੀ ਕੀਤੀ ਸੀ, ਪਿਛਲਾ ਇੱਕ ਪ੍ਰੋਗਰਾਮ ਕੀਤਾ ਸੀ ਮੈਂ, ਇੱਕ ਮੁਸਲਮਾਨ ਬੱਚੀ ਜਿਹੜੀ ਹੈ ਉਹ ਕਰਾਚੀ ਤੋਂ ਗਾਇਬ ਹੋਈ ਸੀ, ਜਿਹਦਾ JDC ਵਾਲਿਆਂ ਨੇ ਵੀ ਔਰ ਉਹਦੇ ਵਾਲਦੈਨ ਨੇ ਵੀ ਔਰ ਬੜਾ ਉਹਦਾ ਜਿਹੜਾ ਹੈ ਵਾਵੇਲਾ ਹੋਇਆ, ਔਰ ਮੇਨ ਸਟ੍ਰੀਮ ਮੀਡੀਆ ਨੇ ਵੀ ਉਹਨੂੰ ਕਾਫੀ ਕਵਰੇਜ ਦਿੱਤੀ, ਔਰ ਬਾਅਦ 'ਚ ਪਤਾ ਲੱਗਾ ਹੈ ਕਿ ਜਿਹੜੇ ਉਹ ਬੱਚੀ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਹੈ, ਔਰ ਉਹਨੇ ਆਪਣੀ ਮਰਜ਼ੀ ਨਾਲ ਸ਼ਾਦੀ ਕਰ ਲਈ ਹੈ, ਔਰ ਉਹਦੀ ਸ਼ਾਦੀ ਦਾ ਨਿਕਾਹਨਾਮਾ ਵੀ ਆ ਗਿਆ ਹੈ, ਔਰ ਸਾਰੀ ਬਾਕੀ ਚੀਜ਼ਾਂ ਵੀ ਤੁਹਾਡੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵੀ ਇੱਧਰ ਉੱਧਰ ਵੀ। ਇਹਦੇ 'ਚ ਜਿਹੜੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆਈਆਂ ਨੇ ਉਹਨਾਂ 'ਤੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ। ਅਸੀਂ ਪਿਛਲੇ ਕਾਫੀ ਅਰਸੇ ਤੋਂ ਇਸ ਗੱਲ ਦੇ ਉੱਤੇ ਜਿਹੜਾ ਹੈ ਜ਼ੋਰ ਦੇ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਕਮ ਉਮਰੀ ਦੀਆਂ ਸ਼ਾਦੀਆਂ ਹੁੰਦੀਆਂ ਨੇ। ਪਹਿਲੀ ਗੱਲ ਤਾਂ ਇਸ ਕੇਸ ਨੇ ਸਰਕਾਰੀ ਸਤਹ 'ਤੇ ਔਰ ਅਵਾਮੀ ਸਤਹ ਦੇ ਉੱਤੇ ਇਹ ਚੀਜ਼ ਸਟੈਬਲਿਸ਼ ਕਰ ਦਿੱਤੀ ਹੈ ਕਿ ਕਮ ਉਮਰੀ ਦੀਆਂ ਸ਼ਾਦੀਆਂ ਹੁੰਦੀਆਂ ਨੇ। ਜਦੋਂ ਅਸੀਂ ਅਕਲੀਅਤਾਂ ਆਪਣੀ ਬੱਚੀਆਂ ਦੇ ਬਾਰੇ ਗੱਲ ਕਹਿ ਰਹੇ ਸਾਂ ਤਾਂ ਸਾਡੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੀ, ਔਰ ਜਿਹੜੇ ਉਸ ਵਕਤ ਦੇ ਹਕੂਮਤ ਦੇ ਵਿੱਚ ਲੋਕ ਸਨ ਔਰ ਉਹਦੇ ਇਲਾਵਾ ਬਾਕੀ ਸਾਰੇ ਲੋਕ ਸਨ, ਉਹਨਾਂ ਨੇ ਕਿਹਾ ਵੀ ਨਹੀਂ 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 ਇੰਜ ਨਹੀਂ ਹੁੰਦਾ, ਉਹ ਹੁੰਦਾ ਹੀ ਨਹੀਂ, ਉਹ ਫਲਾਨਾ ਹੈ ਟਮਕਾਨਾ ਹੈ। ਅਸੀਂ ਕਹਿ ਰਹੇ ਕਮ ਉਮਰੀ ਦੀਆਂ ਸ਼ਾਦੀਆਂ ਹੁੰਦੀਆਂ ਨੇ, ਔਰ ਕਮ ਉਮਰੀ ਦੀਆਂ ਸ਼ਾਦੀਆਂ ਦੇ ਵਿੱਚੋਂ ਜਬਰੀ ਸ਼ਾਦੀਆਂ ਦਾ ਵੀ ਜ਼ਿਕਰ ਹੈ। ਅੱਛਾ, ਜਬਰ ਦਾ ਮਤਲਬ ਜ਼ਰੂਰੀ ਨਹੀਂ ਕਿ ਕੋਈ ਕਿਸੇ ਨੂੰ ਧਰੂ ਕੇ ਲੈ ਕੇ ਜਾਏਗਾ, ਜਬਰ ਤੋਂ ਮੁਰਾਦ ਇਹ ਵੇ ਕਿ ਜਿਹੜੇ ਬੱਚੀ ਜਾਂ ਬੱਚੇ ਦੀ ਸ਼ਾਦੀ ਦੀ ਉਮਰ ਨਹੀਂ ਉਹਨੂੰ ਸ਼ਾਦੀ ਵਾਸਤੇ ਫੋਰਸ ਕੀਤਾ ਜਾਏ ਕਿ ਤੇਰੀ ਤਰ੍ਹਾਂ ਹੁਣ ਵਿਆਹ ਕਰ ਦੇਣਾ। ਉਹ ਉਹਦੇ ਪੇਰੈਂਟਸ ਵੀ ਹੋ ਸਕਦੇ ਨੇ, ਉਹ ਉਹਦੇ ਮਾਸ਼ੀ ਹਾਲਾਤ ਵੀ ਹੋ ਸਕਦੇ ਨੇ, ਔਰ ਉਹ ਜਿਹੜਾ ਹੈ ਉਹ ਮੁਆਸ਼ਰਤੀ ਦਬਾਅ ਵੀ ਹੋ ਸਕਦਾ। ਸੋ ਇਹ ਸਟੈਬਲਿਸ਼ ਕਰਨਾ ਪਹਿਲੀ ਗੱਲ ਤੇ ਇਹ ਵੇਖ ਕੇ ਇਸ ਕੇਸ ਨੇ ਇਸ ਗੱਲ ਸਟੈਬਲਿਸ਼ ਕਰ ਦਿੱਤੀ ਹੈ ਕਿ ਕਮ ਉਮਰੀ ਦੀਆਂ ਸ਼ਾਦੀਆਂ ਹੁੰਦੀਆਂ ਨੇ। ਦੂਜੀ ਗੱਲ, ਇਹਦੀ ਵਜੂਹਾਤ ਕੀ ਨੇ? ਕੱਲ ਪਰਸੋਂ ਤੋਂ ਅਸੀਂ ਚੀਜ਼ਾਂ ਨੋਟ ਕਰ ਰਹੇ ਹਾਂ, ਇਹਦੀ ਵਜੂਹਾਤ ਨੇ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਚੀਜ਼ਾਂ ਆਈਆਂ ਨੇ ਅਸੀਂ ਉਹਨਾਂ ਦੇ ਉੱਤੇ ਕਿਉਂਕਿ ਗੱਲਬਾਤ ਕਰ ਰਹੇ ਪਿਆ। ਵਜੂਹਾਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਸਾਡੇ ਬੱਚਿਆਂ ਦਾ ਦੁਸ਼ਮਣ ਹੈ ਚੀਜ਼, ਉਹ ਹੈ ਕਿ ਉਹ ਘਰ ਦੇ ਵਿੱਚ ਜਿਹੜੇ ਅੱਜ ਕੱਲ੍ਹ ਮੋਬਾਈਲ ਜਾਂ ਜਿਹੜੀਆਂ ਸਾਡੇ ਕੋਲ LEDs ਯਾਨੀ ਇੰਟਰਨੈਟ ਔਰ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਨਾਜਾਇਜ਼ ਇਸਤੇਮਾਲ ਹੈ। ਆਪਣੇ ਬੱਚਿਆਂ ਦੇ ਉੱਤੇ ਅੱਖ ਰੱਖੋ, ਔਰ ਖਾਸ ਤੌਰ 'ਤੇ ਬੱਚੀਆਂ ਦੇ ਉੱਤੇ ਵੀ, ਕਿਉਂਕਿ ਉਹ ਅਕਸਰ ਘਰ ਦੇ ਵਿੱਚ ਜ਼ਿਆਦਾ ਟਾਈਮ ਗੁਜ਼ਾਰਦੀਆਂ ਨੇ, ਅਤੇ ਅੱਖ ਰੱਖੋ ਕਿ ਉਹ ਕਿਹੜੀਆਂ ਸ਼ਾਵਾਂ ਵਹਿੰਦੀਆਂ ਨੇ, ਉਹ ਫੋਨ 'ਤੇ ਕਿਹਦੇ ਨਾਲ ਗੱਲ ਕਰਦੀਆਂ ਨੇ, ਉਹ ਫੋਨ 'ਤੇ ਕਿਸ ਤਰ੍ਹਾਂ ਦੀਆਂ ਗੱਲ ਕਰਦੀਆਂ ਨੇ, ਜਾਂ ਉਹਨਾਂ ਨੂੰ ਕੋਈ ਅਪਰੋਚ ਤਾਂ ਨਹੀਂ ਕਰ ਰਿਹਾ। ਫਿਰ ਦੂਸਰੀ ਚੀਜ਼ ਜਿਹੜੀ ਹੈ ਇੰਟਰਨੈਟ ਦੇ ਇਲਾਵਾ ਕਿ ਜਿਹੜੇ ਆਲ ਦੁਆਲ ਵਾਲੇ ਸਾਡੇ ਰਿਸ਼ਤੇਦਾਰ ਨੇ, ਮੁਹੱਲੇਦਾਰ ਨੇ, ਜਿਹੜੇ ਉਹਨਾਂ ਦੇ ਉਹਨਾਂ ਨੂੰ ਆ ਕੇ ਮਿਲਦੇ ਨੇ, ਉਹ ਕੌਣ ਔਰ ਕਿਸ ਤਰ੍ਹਾਂ ਅਪਰੋਚ ਕਰ ਰਹੇ ਨੇ, ਇਹਦੇ 'ਤੇ ਧਿਆਨ ਰੱਖਣ ਦੀ ਲੋੜ ਹੈ। ਔਰ ਤੀਸਰੀ ਜਿਹੜੀ ਗੱਲ ਹੈ ਕਿ ਕਿਸ ਤਰ੍ਹਾਂ ਦੀਆਂ ਮੂਵੀਜ਼, ਮੈਂ ਮੂਵੀਜ਼ ਵੇਖਣ ਦੇ ਖਿਲਾਫ ਨਹੀਂ, ਜ਼ਰੂਰ ਵਿਖਾਈਆਂ ਜਾਣ ਬੱਚਿਆਂ ਨੂੰ ਇੰਟਰਟੇਨਮੈਂਟ ਦੀ ਗਰਜ਼ ਨਾਲ, ਜ਼ਰੂਰ ਮੂਵੀਜ਼ ਜਾਂ ਡਰਾਮਾਜ਼ ਜਾਂ ਜੋ ਵੀ ਉਹ ਵੇਖਦੇ ਨੇ ਉਹਨਾਂ ਨੂੰ ਜ਼ਰੂਰ ਵਿਖਾਏ ਜਾਣ, ਲੇਕਿਨ ਉਹ ਪੇਰੈਂਟਸ ਦੀ ਮੌਜੂਦਗੀ 'ਚ ਵੇਖੇ ਜਾਣ। ਔਰ ਬੱਚਿਆਂ ਨੂੰ ਜਿਹੜੀ ਵੀ ਚੀਜ਼ ਤੁਸੀਂ ਦੇ ਰਹੇ ਹੋ ਵੇਖਣ ਵਾਸਤੇ ਖਾਸ ਤੌਰ 'ਤੇ, ਉਹ ਜਿਹੜਾ ਹੈ ਤੁਹਾਡੀ ਨਿਗਰਾਨੀ 'ਚ ਹੋਣੀ ਚਾਹੀਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਵੇਖਣਗੇ, ਔਰ ਤੁਹਾਡਾ ਇਹਦੇ 'ਤੇ ਇਖਤਿਆਰ ਵੀ ਹੋਣਾ ਚਾਹੀਦਾ ਕਿ ਉਹ ਕੀ ਵੇਖਣਗੇ ਔਰ ਕੀ ਨਹੀਂ ਵੇਖਣਗੇ। ਫਿਰ ਉਹਨਾਂ ਦੀਆਂ ਯਾਰੀਆਂ ਦੋਸਤੀਆਂ 'ਤੇ ਧਿਆਨ ਰੱਖਿਆ ਜਾਏ, ਔਰ ਉਹਦੇ ਇਲਾਵਾ ਘਰੇਲੂ ਮਾਹੌਲ, ਅਗਰ ਪੇਰੈਂਟਸ ਜਿਹੜੇ ਨੇ, ਮਾਂ ਬਾਪ ਜਿਹੜੇ ਨੇ ਜਾਂ ਵੱਡੇ ਭੈਣ ਭਰਾ ਜਿਹੜੇ ਨੇ, ਉਹ ਅਗਰ ਖੁਦ ਇਸ ਤਰ੍ਹਾਂ ਦੀ ਜਿਹੜੀ ਗੁਫ਼ਤਗੂ ਜਿਹੜੀ ਬੱਚਿਆਂ ਦੇ ਦਿਮਾਗ ਨੂੰ ਜਿਹੜਾ ਹੈ ਉਹ ਡਿਸਟਰਬ ਕਰ ਸਕਦੀ ਹੈ, ਅਗਰ ਉਹ ਗੁਫ਼ਤਗੂ ਜਿਹੜੀ ਘਰ ਦੇ ਵਿੱਚ ਹੁੰਦੀ ਹੋਏਗੀ, ਜਾਂ ਜ਼ਰੂਰਤ ਤੋਂ ਜ਼ਿਆਦਾ ਮੈਂ ਕਹਾਂਗਾ ਕਿ ਜਿਹਨੂੰ ਅਸੀਂ ਲਿਬਰਲ ਹੋਣਾ ਜਾਂ ਆਜ਼ਾਦ ਖਿਆਲੀ ਕਹਿਣਾ ਸਮਝਦੇ ਹਾਂ, ਉਹ ਬੱਚਿਆਂ ਦੇ ਦਿਮਾਗ ਉੱਤੇ ਅਸਰ ਕਰਦੇ, ਅਸੀਂ ਸੋਚ ਰਹੇ ਹਾਂ ਇਹ ਛੋਟੇ ਨੇ ਇਹਨਾਂ ਨੂੰ ਕੀ ਪਤਾ ਹੈ, ਪਰ ਦਰਅਸਲ ਉਹਨਾਂ ਦਾ ਜ਼ਿਹਨ ਜਿਹੜਾ ਹੈ ਉਹ ਉਸ ਵਕਤ ਚੀਜ਼ਾਂ ਨੂੰ ਅਡਾਪਟ ਕਰ ਰਿਹਾ ਹੁੰਦਾ, ਉਹ ਤੇਜ਼ੀ ਨਾਲ ਚੀਜ਼ਾਂ ਨੂੰ ਸਿੱਖ ਰਿਹਾ ਹੁੰਦਾ, ਉਹ ਫਿਰ ਜਿਹੜੀ ਜਿਹੜੀ ਚੀਜ਼ ਉਹਨਾਂ ਦੇ ਸਾਹਮਣੇ ਹੁੰਦੀ ਹੈ ਉਹਨੂੰ ਹਮੇਸ਼ਾ ਵਾਸਤੇ ਯਾਦ ਕਰੀ ਜਾਂਦਾ, ਔਰ ਉਹਦੇ 'ਤੇ ਉਸ ਵਜ੍ਹਾ ਨਾਲ ਉਹਦੇ ਦਿਮਾਗ 'ਤੇ ਅਸਰ ਹੁੰਦਾ ਹੈ, ਔਰ ਉਹ ਵੀ ਇੱਕ ਮਸਲਾ ਹੋ ਸਕਦਾ ਹੈ। ਆ ਕੁਛ ਬਹਾਨੇ ਵੀ ਨੇ, ਉਹ ਬਹਾਨੇ ਕੁਛ ਪੇਰੈਂਟਸ ਵੱਲੋਂ ਨੇ, ਕੁਛ ਬੱਚਿਆਂ ਵੱਲੋਂ ਨੇ, ਖਾਸ ਤੌਰ 'ਤੇ ਜਿਵੇਂ ਦੁਆ ਜ਼ਾਰਾ ਦੀ ਜੋ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨੇ ਕਿਹਾ ਜੀ ਮੈਂ ਮਾਂ ਆਪਣੇ ਮੇਰੇ ਪਿਓ ਨੇ ਮਤਲਬ ਮੈਨੂੰ ਕੁੱਟਿਆ ਸੀ ਅਤੇ ਮੈਂ ਉਹਦੀ ਕੁੱਟ ਤੋਂ ਉੱਤੋਂ ਦੀ ਸਖਤੀ ਤੋਂ ਨੱਸ ਗਈਆਂ ਕਰੋ, ਕਿਉਂਕਿ ਮੈਂ ਦੁਆ ਜ਼ਾਰਾ 'ਤੇ ਪ੍ਰੋਗਰਾਮ ਕੀਤਾ ਹੋਇਆ, ਇਸੇ ਕਰਕੇ ਮੈਂ ਉਹ ਗੱਲ ਲਾਜ਼ਮੀ ਕਰਾਂਗਾ। ਇਹ ਬਹਾਨਾ ਹੈ ਜੀ, ਸਾਡੇ ਮੁਲਕ ਦੇ ਕਾਨੂੰਨ ਦੇ ਮੁਤਾਬਕ ਅਗਰ ਮਾਂ ਬਾਪ ਜਿਹੜੇ ਨੇ ਉਹ ਬੱਚਿਆਂ ਨੂੰ ਕੁੱਟਦੇ ਨੇ ਜਾਂ ਮਾਰਦੇ ਨੇ ਜਾਂ ਜ਼ਿਆਦਤੀ ਕਰਦੇ ਨੇ, ਉਹ ਇਸ ਤਰ੍ਹਾਂ ਦੇ ਕੋਈ ਫਿਜ਼ੀਕਲ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਹੈ ਤਸ਼ੱਦਦ ਜਿਹੜਾ ਹੈ ਉਹ ਕੀਤਾ ਜਾਂਦਾ ਹੈ, ਤੇ ਉਹ ਫਿਰ ਇਹ ਗੱਲ ਹੈ ਬਈ ਉਹ 15 ਦੇ ਉੱਤੇ ਕਾਲ ਕਰਨ, ਨਾ ਕਿ ਕਿਸੇ ਮੁੰਡੇ ਨੇ ਯਾਰੀਆਂ ਲਾਉਣ।
ਜਾਂ ਮੁੰਡੇ ਜਿਹੜੇ ਨੇ ਉਹ ਘਰੋਂ ਨੱਸ ਜਾਣ ਆਪਣੇ ਯਾਰਾਂ ਦੇ ਨਾਲ ਘਰੋਂ ਚੋਰੀਆਂ ਕਰਕੇ ਤੇ ਬਾਅਦ ਚ ਕਹਿਣ ਮੈਨੂੰ ਕੋਈ ਅਗਵਾਹ ਕਰਕੇ ਲੈ ਗਿਆ ਸੀ, ਮੈਨੂੰ ਪਤਾ ਨਹੀਂ ਲੱਗਾ, ਮੈਂ ਪਿਓ ਦੀ ਕੁੱਟ ਤੋਂ ਨੱਸ ਗਿਆ ਵਾਂ, ਫਲਾਣਾ ਟਮਕਾਣਾ, ਇਹ ਝੂਠ ਹੈ, ਇੱਕ ਬਹਾਨਾ ਹੈ। ਜ਼ਰੂਰ ਮਾਂ ਬਾਪ ਸਖਤ ਹੋ ਸਕਦੇ ਨੇ, ਹੋ ਸਕਦਾ ਆਪਣੇ ਬੱਚਿਆਂ ਵਾਸਤੇ ਸਖਤ ਨਾ ਹੋਵੇ, ਜਿੰਨਾ ਮੇਰਾ ਭਰਾ ਸਖਤ ਹੋ ਸਕਦਾ ਜਾਂ ਜਿੰਨੀ ਮੇਰੀ ਭੈਣ ਆਪਣੇ ਬੱਚਿਆਂ ਵਾਸਤੇ ਸਖਤ ਹੋ ਸਕਦੀ। ਜ਼ਾਹਿਰ ਹਰ ਘਰ ਦਾ ਆਪਣਾ ਇੱਕ ਸੈਟਅਪ ਹੁੰਦਾ ਔਰ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਬੱਚਿਆਂ ਦੀ ਤਰਬੀਅਤ ਕਰ ਰਹੇ ਹੁੰਦੇ ਹੋ, ਲੇਕਿਨ ਬਹਰਹਾਲ ਇਹ ਬੱਚਿਆਂ ਦਾ ਇੱਕ ਬਹਾਨਾ ਹੈ, ਕਿਉਂਕਿ ਅਗਰ ਜ਼ਰੂਰਤ ਤੋਂ ਜ਼ਿਆਦਾ ਔਰ ਤੁਹਾਨੂੰ ਬੱਚਿਆਂ ਨੂੰ ਬਿਲਾ ਵਜ੍ਹਾ ਅਗਰ ਕੋਈ ਤਸ਼ੱਦਦ ਕਰ ਰਿਹਾ ਤਾਂ 15 'ਤੇ ਇੱਕ ਕਾਲ ਦੀ ਵਜ੍ਹਾ ਨਾਲ ਪੁਲਿਸ ਜਿਹੜੀ ਹੈ ਉਹ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਆ ਜਾਂਦੀ ਹੈ। ਨਹੀਂ ਤਾਂ ਚਾਇਲਡ ਪ੍ਰੋਟੈਕਸ਼ਨ ਬਿਊਰੋ ਇਸੇ ਲਈ ਬਣਾਇਆ ਗਿਆ, ਗਵਰਨਮੈਂਟ ਨੇ ਬਣਾਇਆ ਔਰ ਪਾਕਿਸਤਾਨ ਦੇ ਚਾਰਾਂ ਸੂਬਿਆਂ 'ਚ ਮੌਜੂਦ ਹੈ ਕਿ ਬੱਚਿਆਂ ਦੀ ਜਿਹੜਾ ਹਫਾਜ਼ਤ ਉਹ ਕਰਦੇ ਨੇ ਔਰ ਉਹ ਮੈਂ ਕਿਉਂਕਿ ਖੁਦ 2-4 ਵਾਰੀ ਉਹਨਾਂ ਨੂੰ ਐਕਸ਼ਨ 'ਚ ਵੇਖਿਆ, ਉਹ ਬਹੁਤ ਜ਼ਬਰਦਸਤ ਕੰਮ ਕਰਦੇ ਨੇ। ਸੋ ਇਹ ਬੱਚਿਆਂ ਦੀ ਬਕਵਾਸ ਗੱਲ ਹੈ ਕਿ ਵੀ ਅਸੀਂ ਐਵੇਂ ਖੱਚਾ ਮਾਰਦੇ ਨੇ, ਬਕਵਾਸ ਕਰਦੇ ਨੇ ਕਿ ਜੀ ਉਹ ਤਸ਼ੱਦਦ ਦੀ ਵਜ੍ਹਾ ਨਾਲ, ਤਸ਼ੱਦਦ ਦੀ ਵਜ੍ਹਾ ਨਾਲ ਪੁਲਿਸ ਨੂੰ ਕਿਉਂ ਨਹੀਂ ਫੋਨ ਕਰਦੇ, ਉਸ ਮੁੰਡੇ ਨੂੰ ਕਿਉਂ ਫੋਨ ਕਰਦੇ ਨੇ ਕਿ ਆ ਕੇ ਮੈਨੂੰ ਲੈ ਜਾ। ਅਗਲੀ ਗੱਲ, ਆਮ ਤੌਰ 'ਤੇ ਕਿਹਾ ਜਾਂਦਾ ਜੀ ਉਹ ਇਸ ਕਰਕੇ ਘਰੋਂ ਨੱਸ ਗਈ ਕੁੜੀ ਕਿਉਂਕਿ ਘਰ 'ਚ ਭੁੱਖ ਬੜੀ ਸੀ, ਘਰ 'ਚ ਗੁਰਬਤ ਬੜੀ ਸੀ। ਇਹ ਕਿਹੜੀ ਗੱਲ ਹੈ? ਅਸੀਂ ਮੈਂ ਵੇਖਿਆ ਕਿ ਹੁਣ ਦੇ ਦੌਰ ਦੀ ਨਿਸਬਤ ਅੱਜ 30 ਸਾਲ ਪਹਿਲੇ, 40 ਸਾਲ ਪਹਿਲੇ, 50 ਸਾਲ ਪਹਿਲੇ ਗੁਰਬਤ ਬੇਤਹਾਸ਼ਾ ਸੀ, ਲੋਕਾਂ ਕੋਲ ਪੈਸੇ ਥੋੜ੍ਹੇ ਸਨ ਔਰ ਰਿਸੋਰਸਿਸ ਬਹੁਤ ਘੱਟ ਸਨ, ਲੇਕਿਨ ਇਹਦੇ ਬਾਵਜੂਦ ਲੋਕ ਆਪਣੇ ਘਰਾਂ 'ਚ ਬੜੀ ਗੈਰਤ ਨਾਲ ਰਹਿੰਦੇ ਸਨ, ਬੜੀ ਇੱਜ਼ਤ ਨਾਲ ਰਹਿੰਦੇ ਸਨ, ਕੁੜੀਆਂ ਦੀਆਂ ਸ਼ਾਦੀਆਂ ਛੋਟੇ ਜਿਹੇ 'ਚ ਹੋ ਜਾਂਦੀਆਂ ਸਨ, ਇੱਕ ਮਤਲਬ ਟੇਬਲ, 2 ਕੁਰਸੀਆਂ, 1 ਪੇਟੀ, 1 ਬਕਸਾ ਅਤੇ ਇਹੀ ਟੋਟਲ ਜਿਹੇ ਹੁੰਦਾ ਸੀ, 5-7 ਜੋੜੇ ਹੁੰਦੇ ਸਨ ਅਤੇ ਵਿਆਹ ਹੋ ਜਾਂਦਾ ਸੀ, ਅਤੇ ਉਹਦੇ 'ਚ ਹੀ ਖੁਸ਼ ਰਹਿੰਦੀਆਂ ਸਨ, ਆਕੂ ਝੁੱਗੀਆਂ ਦੇ ਵਿੱਚ ਰਹਿ ਕੇ ਖੁਸ਼ ਹੁੰਦੀਆਂ ਸਨ, ਮਤਲਬ ਕੱਚੇ ਮਕਾਨਾਂ 'ਚ ਰਹਿ ਕੇ ਖੁਸ਼ ਹੁੰਦੀਆਂ ਸਨ। ਇਹ ਕਿਹੜੀ ਗੱਲ ਹੈ ਕਿ ਗੁਰਬਤ ਦੀ ਵਜ੍ਹਾ ਨਾਲ ਚਲੀ ਗਈ? ਇਹ ਗੁਰਬਤ ਨਹੀਂ ਹੈ, ਇਹ ਖਾਹਿਸ਼ਾਂ ਦਾ ਬੇਤਹਾਸ਼ਾ ਜਿਹੜਾ ਵੱਧ ਜਾਣਾ ਹੈ ਬੱਚਿਆਂ ਦੀਆਂ ਖਾਹਿਸ਼ਾਂ ਦਾ, ਔਰ ਕੰਪੈਰੀਜ਼ਨ ਜਦੋਂ ਕਰਨਾ ਸ਼ੁਰੂ ਕਰਦੇ ਨੇ ਬੱਚੇ ਕਿ ਫਲਾਣੇ ਦੇ ਮਾਂ ਪਿਓ ਕੋਲ, ਫਲਾਣੇ ਦੇ ਬੱਚੇ ਕੋਲ ਫਲਾਣੀ ਸ਼ਾਇਆ ਹੈ ਅਤੇ ਮੇਰੇ ਕੋਲ ਕਿਉਂ ਨਹੀਂ ਹੈ, ਔਰ ਫਿਰ ਉਹਨੂੰ ਹਾਸਲ ਕਰਨ ਵਾਸਤੇ ਜਿਹੜਾ ਹੈ, ਜਿਵੇਂ ਅੱਜ ਕੱਲ੍ਹ ਮੈਂ ਜਦੋਂ ਪ੍ਰੋਗਰਾਮ ਮੈਂ ਤੁਹਾਡੇ ਨਾਲ ਕਰ ਰਿਹਾ ਤਾਂ ਮੈਂ ਕਾਫੀ ਸਾਰੇ ਬੱਚਿਆਂ ਨਾਲ ਗੱਲ ਕੀਤੀ ਔਰ ਬੱਚੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜਿਹੜਾ ਨਾ ਫਲਾਣਾ ਜਿਹੜਾ ਹੈ ਐਪਲ ਦਾ ਫੋਨ, ਜਿਹੜਾ ਆਈਫੋਨ ਹੈ, ਅਗਰ ਉਹ ਸਾਨੂੰ ਮਿਲ ਜਾਏ ਤਾਂ ਅਸੀਂ ਉਹਦੇ ਲਈ ਕੁਛ ਵੀ ਕਰ ਸਕਦੇ ਹਾਂ, ਅਸੀਂ ਆਪਣਾ ਗੁਰਦਾ ਵੇਚ ਸਕਦੇ ਹਾਂ, ਅਸੀਂ ਫਲਾਣਾ ਕਰ ਸਕਦੇ, ਟਮਕਾਣਾ ਕਰ ਸਕਦੇ, ਬਹੁਤ ਸਾਰੇ ਮਜ਼ਾਹੀਆ ਜਵਾਬ ਆਏ। ਇਹ ਤਾਂ ਮਤਲਬ ਕੀ ਹੈ? ਚੀਜ਼ਾਂ ਨੂੰ ਹਾਸਲ ਕਰਨ ਦਾ ਕਰੇਜ਼ ਹੈ। ਸੋ ਜਿਹੜਾ ਵੀ ਬੰਦਾ ਲਲਚਾਉਂਦਾ ਹੈ, ਜਿਹੜਾ ਕੋਈ ਮੁੰਡਾ ਜਾਂ ਕੁੜੀ ਇੱਕ ਦੂਜੇ ਨੂੰ ਲਲਚਾਉਂਦੇ ਨੇ, ਉਹ ਪਹਿਲਾਂ ਚੀਜ਼ਾਂ ਦੇ ਹਵਾਲੇ ਨਾਲ ਲਲਚਾਉਂਦੇ ਨੇ, ਫਿਰ ਇੱਕ ਦੂਜੇ ਨੂੰ ਜਿਹੜਾ ਹੈ ਜਿਸਮਾਨੀ ਹਵਾਲੇ ਨਾਲ ਜਿਹੜਾ ਹੈ ਉਹ ਬੇਇੱਜ਼ਤ ਕਰਦੇ ਨੇ, ਮੈਂ ਸਮਝਦਾ ਇਸਤੇਮਾਲ ਕਰਦੇ ਨੇ, ਔਰ ਜਿਹੜੇ ਉਹਨਾਂ ਦੇ ਪੇਰੈਂਟਸ ਹੁੰਦੇ ਨੇ ਜਾਂ ਜਿਹੜੇ ਉਹਨਾਂ ਦੇ ਵੱਡੇ ਹੁੰਦੇ ਨੇ, ਉਹ ਆਪਣੀ ਜਾਨ ਬਚਾਉਣ ਦੀ ਖਾਤਰ ਫਿਰ ਮਜ਼ਹਬ ਦਾ ਸਹਾਰਾ ਲੈ ਕੇ ਨਿਕਾਹ ਕਰਾਉਂਦੇ ਨੇ ਤਾਂ ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਵੇ, ਔਰ ਫਿਰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ, ਜਿਵੇਂ ਦੁਆਜ਼ਾਰਾਂ ਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਆਈ ਹਾਂ ਔਰ ਇਸ ਤਰ੍ਹਾਂ ਸਿਲਸਿਲਾ ਹੈ ਔਰ ਮੈਂ ਬਾਲਗ ਹਾਂ, ਉਹਦੀ ਉਮਰ ਵਧਾਈ ਗਈ, ਘਟਾਈ ਗਈ, ਇਹ ਸਾਰੀਆਂ ਡਰਾਮੇਬਾਜ਼ੀਆਂ ਜਿਹੜੀਆਂ ਨੇ ਬਾਅਦ 'ਚ ਹੁੰਦੀਆਂ ਨੇ, ਦਫਾ 64 ਦੇ ਜਿਹੜੇ ਬਿਆਨ ਨੇ ਉਹਨਾਂ 'ਚ ਜਦੋਂ ਬੱਚੀਆਂ ਅਕਸਰ ਮੁੱਕਰ ਜਾਂਦੀਆਂ ਨੇ ਕਿ ਜੀ ਅਸੀਂ ਆਪ ਆਪਣੀ ਮਰਜ਼ੀ ਨਾਲ ਆਈਆਂ ਵਾਂ, ਉਹ ਵਜ੍ਹਾ ਕੀ ਹੁੰਦੀ ਹੈ? ਕਿਉਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਜੇ ਤੁਸੀਂ ਵਾਪਸ ਗਏ ਤਾਂ ਇਹਨਾਂ ਨੇ ਤੁਹਾਨੂੰ ਵੱਢ ਦੇਣਾ, ਇਹਨਾਂ ਨੇ ਤੁਹਾਨੂੰ ਟੁੱਕ ਦੇਣਾ, ਤੁਹਾਡੇ ਮਾਂ ਪਿਓ ਨੇ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਮਾਰ ਦੇਣਾ। मेरा नाम द्वारका कादमी है, मैंने अपनी मर्जी से जहीर अहमद से शादी की है, मेरे घर वाले जबरदस्ती मेरी शादी किसी और से करवाना चाह रहे थे, मुझे मारते थे जिस पे मैं राजी नहीं हूँ। मैं अपनी मर्जी से अपने घर से आई हूँ, मुझे किसी ने अगवा नहीं किया था, मैं अपने घर से कोई कीमती सामान नहीं लाई थी, मेरे घर वाले मेरी उम्र गलत बता रहे हैं, मैं बालिग हूँ, मेरी उम्र 18 साल है, मैंने अपनी मर्जी से जहीर अहमद से कोर्ट मैरिज की है, किसी की कोई जोर जबरदस्ती नहीं है, गुजारा मुझे तंग ना किया जाए, मैं अपने घर में अपने शौहर के साथ बहुत खुश हूँ। एक मैं खास गल जिदे वास्ते मैं प्रोग्राम करना पे ओए वे कि मीडिया दा जेड़ा ਇਸ ਦਫ਼ਾ ਰੋਲ ਹੋਇਆ ਦੁਆਜ਼ਾਰਾ ਔਰ ਇੱਕ ਹੋਰ ਬੱਚੀ ਜਿਹੜੀ ਮੈਨੂੰ ਉਹਦਾ ਨਾਂ ਭੁੱਲ ਗਿਆ, ਉਹਦੇ ਹਵਾਲੇ ਨਾਲ ਜਿਹੜਾ ਇਹਨਾਂ ਨੇ ਮੀਡੀਆ ਨੇ ਸਟੈਂਡ ਲਿਆ ਹੈ, ਔਰ ਇੱਕ ਬੱਚੀ ਜਿਹੜੀ ਹੈ ਉਹ ਸਿੰਧ ਦੇ ਕਿਸੇ ਇਲਾਕੇ 'ਚ ਮਿਲ ਗਈ ਔਰ ਇੱਕ ਲਾਹੌਰ ਤੋਂ ਜਿਹੜੀ ਹੈ ਬਾਜ਼ਯਾਬ ਹੋਈ ਹੈ, ਅਤੇ ਇਹਨਾਂ ਦੋਵਾਂ ਬੱਚੀਆਂ ਨੂੰ ਮੇਨ ਸਟ੍ਰੀਮ ਮੀਡੀਆ ਨੇ ਚੁੱਕ ਲਿਆ। ਲੇਕਿਨ ਅੱਜ ਵੀ ਮੇਰੇ ਕੋਲ ਇੱਕ ਕੇਸ ਮੌਜੂਦ ਹੈ, ਸਾਡੇ ਕੋਲ ਗੱਖਣ ਮੰਡੀ ਦੀ ਇੱਕ ਬੱਚੀ ਹੈ 16 ਸਾਲ ਦੀ, ਸਾਡੇ ਕੋਲ ਮੁਗਲਪੁਰੇ ਦੀ ਇੱਕ ਬੱਚੀ ਹੈ 14 ਸਾਲ ਦੀ, ਉਹਨਾਂ ਨੂੰ ਅਗਵਾ ਹੋਇਆ 2-2 ਮਹੀਨੇ ਹੋ ਗਏ ਨੇ, ਅਤੇ ਪੁਲਿਸ ਕਹਿੰਦੀ ਹੈ ਕਿ ਜਿਵੇਂ ਇਹਨਾਂ ਦਾ ਮਾਂ ਪਿਓ ਸਾਨੂੰ ਦੱਸਿਆ ਵੀ ਅਸੀਂ ਕਿਹਨੂੰ ਜਾ ਕੇ ਰੇਡ ਕਰੀਏ, ਕਿਹਨੂੰ ਜਾ ਕੇ ਫੜੀਏ, ਉਹਨਾਂ ਦੀਆਂ ਬੱਚੀਆਂ ਨੂੰ 2-2 ਮਹੀਨੇ ਹੋ ਗਏ ਨੇ, ਉਹ ਕੋਈ ਨਹੀਂ ਆਈਆਂ।
ਇਹ ਤਾਂ ਇਹਨਾਂ ਨੂੰ ਦੋ ਹਫ਼ਤਿਆਂ 'ਚ ਕੇਸ ਕਰ ਦਿੱਤਾ ਪੁਲਿਸ ਨੇ, ਬੜਾ ਅੱਛਾ ਕੀਤਾ ਕਿਉਂਕਿ ਮੀਡੀਆ ਨੇ ਮੇਨ ਸਟਰੀਮ ਮੀਡੀਆ ਨੂੰ ਚੁੱਕ ਲਿਆ, ਅਤੇ ਸਾਡੀਆਂ ਬੱਚੀਆਂ ਯਾਨੀ ਅਕਲੀਅਤਾਂ ਦੀਆਂ ਜਦੋਂ ਬੱਚੀਆਂ ਦੇ ਨਾਲ ਹੁੰਦਾ ਤਾਂ ਉਦੋਂ ਮੇਨ ਸਟਰੀਮ ਮੀਡੀਆ ਕਿਉਂ ਨਹੀਂ ਚੁੱਕਦਾ? ਇੱਕ ਸਵਾਲ ਹੈ, ਇਹਦਾ ਮਤਲਬ ਮੀਡੀਆ ਵੀ ਬਾਈਸ ਡੇ, ਇਹਦਾ ਮਤਲਬ ਮੀਡੀਆ ਜਿਹੜਾ ਹੈ ਉਹ ਧਰੋ ਕਰਦਾ ਹੈ, ਉਹ ਜਿਹੜਾ ਹੈ ਇਮਤਿਆਜ਼ ਹੀ ਸਲੂਕ ਕਰਦਾ ਹੈ। ਸਾਡਾ ਜਿਹੜਾ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਕਿ ਜਬਰੀ ਮਜ਼ਹਬ ਤਬਦੀਲੀ ਔਰ ਅਕਲੀਅਤਾਂ ਦੀ ਬੱਚੀਆਂ ਦੇ ਨਾਲ ਜਿਹੜਾ ਜਬਰ ਹੁੰਦਾ ਹੈ, ਅਸੀਂ ਪੂਜਾ ਕੁਮਾਰੀ ਦੀ ਗੱਲ ਕੀਤੀ ਸੀ ਕਿ ਪਿਛਲੇ ਦਿਨਾਂ 'ਚ ਉਹਨੂੰ ਮਾਰ ਦਿੱਤਾ ਗਿਆ ਸੀ ਔਰ ਉਹ ਇੱਕ ਸਬੂਤ ਸੀ, ਉਹਦੇ ਇਲਾਵਾ ਬੇਤਹਾਸ਼ਾ ਸਬੂਤ ਨੇ, ਲੇਕਿਨ ਬਹਰਹਾਲ ਇਹ ਕਹਿ ਕੇ ਕਿ ਇਹ ਬਿੱਲ ਜ਼ਰੂਰੀ ਨਹੀਂ ਹੈ, ਔਰ ਇਹ ਗੱਲ ਕਹੀ ਗਈ ਕਿ ਅਕਲੀਅਤਾਂ ਕੋਲ ਤਾਂ ਆਲਰੇਡੀ ਬੜੇ ਰਾਈਟਸ ਨੇ ਅਤੇ ਹੋਰ ਇਹਨਾਂ ਨੂੰ ਜ਼ਰੂਰਤ ਨਹੀਂ ਹੈ, ਉਦੋਂ ਬਿੱਲ ਜਿਹੜਾ ਹੈ ਉਹ ਵਰਦੀ ਦੀ ਟੋਕਰੀ 'ਚ ਸੁੱਟ ਦਿੱਤਾ ਗਿਆ। ਅੱਜ ਮੈਨੂੰ ਦੱਸੋ ਕਿ ਕਾਨੂੰਨ ਦੀ ਕਮਜ਼ੋਰੀ ਦੀ ਵਜ੍ਹਾ ਨਾਲ, ਕਾਨੂੰਨ 'ਚ ਜ਼ਾਹਿਰ ਸੁਖਮ ਹੈ, ਉਹਦੀ ਵਜ੍ਹਾ ਨਾਲ ਅਦਾਲਤਾਂ ਦੇ ਵਿੱਚੋਂ ਬੱਚੀਆਂ ਜਿਹੜੀਆਂ ਨੇ ਉਹ ਨਿਕਲ ਜਾਂਦੀਆਂ ਨੇ ਔਰ ਮਾਂ ਪਿਓ ਨੂੰ ਵਾਪਸ ਨਹੀਂ ਮਿਲਦੀਆਂ। ਅੱਜ ਮੇਰਾ ਇਹ ਸਵਾਲ ਹੈ ਕਿ ਕਾਨੂੰਨ ਨੂੰ ਮਜ਼ਬੂਤ ਕਰਨ 'ਚ ਕੀ ਹਰਜ ਹੈ? ਹੁਣ ਇਸ ਸਵਾਲ ਕੀਤਾ ਗਿਆ ਸੀ, ਉਹ ਮੈਂ ਉਹਦੇ 'ਤੇ ਸੋਸ਼ਲ ਮੀਡੀਆ 'ਤੇ ਵੀ ਔਰ ਬਾਕੀ ਜਗ੍ਹਾ 'ਤੇ ਵੇਖ ਰਿਹਾ ਵਾਂ, ਬੜੇ ਸ਼ੁਗਰ ਲਾਏ ਜਾ ਰਹੇ ਨੇ ਕਿ ਜੀ ਉਹ ਦੇਖੋ ਜੀ ਉਹ ਮਿਲ ਗਈ, ਉਹ ਬੜਾ ਰੌਲਾ ਪਾਇਆ ਗਿਆ ਸੀ ਕਿ ਜੀ ਉਹ ਜ਼ਿਆਦਤੀ ਹੋ ਗਈ, ਉਹ ਚੁੱਕ ਕੇ ਕੋਈ ਲੈ ਗਿਆ, ਲੇਕਿਨ ਉਹਨੇ ਤਾਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ, ਉਹਨੇ ਵੇਖੋ ਬਿਆਨ ਵੀ ਦੇ ਦਿੱਤਾ। ਮੈਨੂੰ ਇੱਕ ਗੱਲ ਦੱਸੋ, ਪਾਕਿਸਤਾਨ ਨੇ UN ਦੇ ਨਾਲ ਇੱਕ ਸਾਈਨ ਕੀਤਾ ਹੈ, ਟ੍ਰੀਟੀ ਸਾਈਨ ਕੀਤਾ, ਇੱਕ ਮੁਆਹਦਾ ਸਾਈਨ ਕੀਤਾ, ਇੱਕ ਉਹਨਾਂ ਨੇ ਇੱਕ ਜਿਹੜਾ ਮਤਾ ਹੈ ਉਹ ਉਹਦੇ ਜਿਹੜਾ ਪਾਸ ਕੀਤਾ UN ਨੇ, ਉਹ ਇਹਨਾਂ ਨੇ ਸਾਈਨ ਕੀਤਾ ਹੈ ਪਾਕਿਸਤਾਨ ਨੇ, ਕਿ ਜਿਹੜਾ ਵੀ ਬੱਚਾ 18 ਸਾਲ ਤੋਂ, ਜਿਹੜਾ ਵੀ ਬੰਦਾ ਘੱਟ ਹੈ ਜਾਂ ਬੱਚਾ ਜਾਂ ਬੱਚੀ ਕੁੜੀ ਜਾਂ ਮੁੰਡਾ ਘੱਟ ਹੈ, ਉਹ ਬਾਲਗ ਨਹੀਂ ਹੈ ਔਰ ਉਹ ਆਪਣੀ ਮਰਜ਼ੀ ਦੇ ਨਾਲ ਨਾ ਵਿਆਹ ਕਰ ਸਕਦਾ, ਨਾ ਆਪਣੀ ਮਰਜ਼ੀ ਨਾਲ ਵੋਟ ਪਾ ਸਕਦਾ, ਬਾਕੀ ਜਿਹੜੀਆਂ ਚੀਜ਼ਾਂ ਅਡਲਟਸ ਨੂੰ ਬਾਲਗਾਂ ਨੂੰ ਸਹੂਲਤਾਂ ਮੌਜੂਦ ਨੇ ਉਹ ਬਾਲਗ ਨਹੀਂ, ਇਸ ਕਰਕੇ ਉਹਨੂੰ ਬੱਚਾ ਕੰਸੀਡਰ ਕੀਤਾ ਜਾਏਗਾ। ਅਗਰ ਬੱਚਾ ਕੰਸੀਡਰ ਕੀਤਾ ਜਾ ਰਿਹਾ ਤਾਂ ਬੱਚੇ ਦੀ ਵਿਲ ਜਿਹੜੀ ਹੈ ਉਹਦੇ ਮੁਤਾਬਕ ਲਿਖਿਆ ਹੈ, ਉਸ ਮੁਆਹਦੇ 'ਚ ਲਿਖਿਆ, ਉਸ ਮਤੇ 'ਚ ਲਿਖਿਆ ਕਿ ਉਹਦੀ ਜਿਹੜੀ ਤਮਾਮ ਦੇਖ ਰੇਖ ਹੈ ਉਹਦੀ ਮਾਂ ਪਿਓ ਦੀ ਮਰਜ਼ੀ ਦੇ ਮੁਤਾਬਕ ਹੋਏਗੀ। ਅਤੇ ਵਿਆਹ ਜਦੋਂ ਬੱਚਾ 14 ਸਾਲ ਦਾ ਜਾਂ 12 ਸਾਲ ਦਾ 16 ਸਾਲ ਦੀ ਕਰ ਲੈਂਦੀ ਹੈ ਜਾਂ ਕਰ ਲੈਂਦਾ ਹੈ, ਤਾਂ ਇਹ ਕਿਸ ਤਰ੍ਹਾਂ ਉਹਦੀ ਮਰਜ਼ੀ ਹੋ ਸਕਦੀ? ਦੇਖੋ ਨਾ, ਟੈਕਨੀਕਲ ਗੱਲ ਇਹ ਕਿ ਮਰਜ਼ੀ ਉਹਦੀ ਕਿਸ ਤਰ੍ਹਾਂ ਹੋ ਸਕਦੀ ਹੈ, ਕਿਉਂਕਿ ਉਹਦੀ ਤਾਂ ਕੋਈ ਮਰਜ਼ੀ ਨਹੀਂ ਹੈ 18 ਸਾਲ ਤੋਂ ਪਹਿਲੇ। ਅਸੀਂ ਕਹਿੰਦੇ ਕਿ ਉਹਨੇ ਆਪਣੀ ਮਰਜ਼ੀ ਨਾਲ ਕਰ ਲਿਆ। ਮੈਂ ਤਮਾਮ ਸੋਸ਼ਲ ਮੀਡੀਆ 'ਤੇ ਜਿਹਨਾਂ ਲੋਕਾਂ ਨੇ ਇਸ ਗੱਲ ਨੂੰ ਮਜ਼ਾਕ ਬਣਾਇਆ, ਮੈਂ ਉਹਨਾਂ ਦੀ ਗੱਲ ਕਰਨ ਲੱਗਾ ਕਿ ਤੁਸੀਂ ਇਸ ਬੱਚੀ ਨੂੰ ਮਤਲਬ ਬਜਾਏ ਦੇ ਕਿ ਤੁਸੀਂ ਇਹ ਕਹੋ ਕਿ ਇਹਨੇ ਗਲਤੀ ਕੀਤੀ ਹੈ ਔਰ ਕਾਨੂੰਨ 'ਚ ਕਮਜ਼ੋਰੀ ਦੀ ਵਜ੍ਹਾ ਨਾਲ ਉੱਧਰ ਚਲੀ ਗਈ, ਇਹਨੂੰ ਵਾਪਸ ਕੀਤਾ ਜਾਣਾ ਚਾਹੀਦਾ ਤਾਂ ਕਿ ਆਪਣੀ ਜਦੋਂ ਬਲੂਗਤ ਦੀ ਉਮਰ ਤੱਕ ਪਹੁੰਚ ਜਾਓ, ਉਹਦੇ ਬਾਅਦ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੇ, ਹਾਲੇ ਤਾਂ ਉਹਦੀ ਮਰਜ਼ੀ ਨਹੀਂ, ਉਹਦੇ ਮਾਂ ਪਿਓ ਦੀ ਮਰਜ਼ੀ ਚੱਲੇਗੀ। ਉਹਦੇ ਮਾਂ ਪਿਓ ਦੀ ਮਰਜ਼ੀ ਨੂੰ ਕਿਉਂ ਪਿੱਛੇ ਸੁੱਟਿਆ ਜਾ ਰਿਹਾ ਔਰ ਉਹਦੇ ਮਾਂ ਪਿਓ ਦੇ ਆਂਸੂਆਂ ਨੂੰ ਕਿਉਂ ਮਜ਼ਾਕ ਬਣਾਇਆ ਜਾ ਰਿਹਾ? ਇਸ ਤਰ੍ਹਾਂ ਹੀ ਮੈਂ ਕਹਿੰਦਾ ਕਿ ਅਕਲੀਅਤਾਂ ਦੇ ਜਿਹੜੇ ਬੱਚੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਜਦੋਂ ਆਂਸੂ ਨਿਕਲਦੇ ਨੇ ਜਾਂ ਉਹਨਾਂ ਦੀ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਹਾਈਲਾਈਟ ਕੀਤਾ ਜਾਂਦਾ, ਕਿਉਂ ਮਜ਼ਾਕ ਬਣਾਇਆ ਜਾਂਦਾ ਔਰ ਕਿਉਂ ਜੱਜ ਕਹਿੰਦੇ ਨੇ ਕਿ ਉਹਨੇ ਬਿਆਨ ਦੇ ਦਿੱਤਾ, ਹੁਣ ਤੁਸੀਂ ਉਹਨੂੰ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਉਹਦੀ ਤਾਂ ਕੋਈ ਮਰਜ਼ੀ ਨਹੀਂ ਹੈ। ਇਸ ਤਰ੍ਹਾਂ ਹੀ ਜਿਹੜੀ ਦੁਆਜ਼ਾਰਾ ਵਾਪਸ ਆਈ, ਇਹਦਾ ਇਹਦੀ ਕਦੀ ਮਰਜ਼ੀ ਹੈ, ਤੇ ਬੱਚਾ ਹੈ, ਬੱਚੇ ਦੀ ਕਦੀ ਮਰਜ਼ੀ, ਉਹਦੇ ਮਾਂ ਪਿਓ ਦੀ ਮਰਜ਼ੀ ਹੋਏਗੀ। ਕਾਨੂੰਨ ਦੀ ਇਹ ਵਾਲੀ ਜਿਹੜੀ ਕਮਜ਼ੋਰੀ ਹੈ, ਇਹ ਮਾਂ ਪਿਓ ਨੂੰ ਤੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਔਰ ਮਾਂ ਪਿਓ ਦੀ ਇੱਜ਼ਤ ਬਰਬਾਦ ਕਰ ਰਹੀ ਹੈ ਔਰ ਮੁਆਸ਼ਰੇ ਦਾ ਬੁਨਿਆਦੀ ਢਾਂਚਾ ਬਰਬਾਦ ਕਰ ਰਹੀ ਹੈ ਔਰ ਕਾਨੂੰਨ ਦਾ ਮਜ਼ਾਕ ਉਡਾ ਰਹੀ ਹੈ। ਇਹ ਉਹ ਗੱਲਾਂ ਨੇ ਜਿਨ੍ਹਾਂ 'ਤੇ ਨਾ ਸਿਰਫ ਵੇਖਣ ਦੀ, ਸੋਚਣ ਦੀ, ਸਮਝਣ ਦੀ ਲੋੜ ਹੈ, ਬਲਕਿ ਟਿਚਕਰਾਂ ਕਰਨ ਦੀ ਬਜਾਏ, ਹੱਸਣ ਦੀ ਬਜਾਏ, ਇਹਦੇ 'ਤੇ ਸੰਜੀਦਾ ਕੰਮ ਕਰਨ ਦੀ ਲੋੜ ਹੈ। ਭੈਣੋ ਤੇ ਭਰਾਓ, ਅਸਲ ਗੱਲ ਇਹ ਨਹੀਂ ਹੈ ਕਿ ਬੱਚੀਆਂ ਜਾਂਦੀਆਂ ਕਿਉਂ ਨੇ, ਇਹ ਹੈ ਉਹ ਹੈ ਫਲਾਣਾ। ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਟਾਈਮ ਕੱਢੀਏ, ਅਸੀਂ ਪੈਸੇ ਕਮਾਉਣ ਦੇ ਵਿੱਚ, ਨੌਕਰੀਆਂ ਕਰਨ ਦੇ ਵਿੱਚ, ਯਾਰੀਆਂ ਦੋਸਤੀਆਂ ਪਾਲਣ 'ਚ, ਰਿਸ਼ਤੇਦਾਰੀਆਂ ਪਾਲਣ ਵਾਸਤੇ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਹਾਂ, ਇੰਨੇ ਜ਼ਿਆਦਾ ਯਾਨੀ ਅਸੀਂ ਖੁੱਭ ਗਏ ਹਾਂ ਆਪਣੇ ਆਪਣੇ ਕੰਮਾਂ ਦੇ ਵਿੱਚ ਕਿ ਸਾਡੇ ਕੋਲ ਆਪਣੇ ਬੱਚਿਆਂ ਦੀ ਗੱਲ ਸੁਣਨ ਵਾਸਤੇ, ਆਪਣੇ ਬੱਚਿਆਂ 'ਤੇ ਅੱਖ ਰੱਖਣ ਵਾਸਤੇ ਟਾਈਮ ਨਹੀਂ ਰਿਹਾ। ਜ਼ਰੂਰਤ ਤੋਂ ਜ਼ਿਆਦਾ ਮੋਡਰਨ ਸਕੋਡ ਹੋਣ ਦੀ ਲੋੜ ਨਹੀਂ ਹੈ, ਜ਼ਰੂਰਤ ਤੋਂ ਜ਼ਿਆਦਾ ਜਦੀਦ ਹੋਣ ਦੀ ਲੋੜ ਨਹੀਂ ਹੈ, ਜ਼ਰੂਰਤ ਤੋਂ ਜ਼ਿਆਦਾ ਇਨਫੋਰਮਡ ਹੋਣ ਦੀ ਵੀ ਲੋੜ ਨਹੀਂ ਹੈ। ਸਿਰਫ ਉਨੀ ਗੱਲ ਦਾ ਪਤਾ ਰੱਖੋ ਜਿਹਦੇ ਨਾਲ ਤੁਸੀਂ, ਤੁਹਾਡਾ ਘਰ, ਤੁਹਾਡੇ ਬੱਚੇ, ਤੁਹਾਡੀ ਤਾਲੀਮ ਔਰ ਤੁਹਾਡੀਆਂ ਜਿਹੜੀਆਂ ਇੱਜ਼ਤਾਂ ਨੇ ਉਹ ਮਹਿਫੂਜ਼ ਰਹਿ ਸਕਣ। ਅੱਜ ਦੀ ਗੱਲ ਨੂੰ ਇੱਥੇ ਹੀ ਮੁਕਾਵਾਂਗੇ। ਰੱਬ ਰੱਖਾ।